ਤੁਹਾਨੂੰ ਪਹਿਲਾ ਸਵਾਲ ਆਇਆ ਜੀ, ਸਿੱਖੀ ਸਿਧਾਂਤਾਂ ਅਨੁਸਾਰ ਜਥੇਦਾਰ ਕੋਲ ਕੋਈ ਪਾਵਰ ਖੇਤਰ ਹੈ ਜਾਂ ਸਰਬੱਤ ਖਾਲਸੇ ਕੋਲ ਹੈ? ਇਸ ਦਾ ਜਵਾਬ ਸਾਨੂੰ ਦੋ ਸੋਮਿਆਂ ਤੋਂ ਲੈਣਾ ਪਵੇਗਾ, ਇੱਕ ਤਾਂ ਫਿਲੋਸਫੀ ਤੋਂ ਅਤੇ ਇੱਕ ਹਿਸਟਰੀ ਤੋਂ। ਜਿੱਥੋਂ ਤੱਕ ਹਿਸਟਰੀ ਦੀ ਗੱਲ ਹੈ, 1920 ਦੀ 12 ਅਕਤੂਬਰ ਤੋਂ ਪਹਿਲਾਂ ਸਾਡੇ ਕੋਲ ਕਿਸੇ ਇਤਿਹਾਸਿਕ ਸੋਮੇ ਵਿੱਚ ਇਹ ਅਹੁਦਾ ਨਹੀਂ ਹੈ। ਭਾਈ ਕਾਨ ਸਿੰਘ ਨਾਭਾ ਨੇ ਮਹਾਨ ਕੋਸ਼ 1925 ਵਿੱਚ ਤਿਆਰ ਕੀਤਾ, 30 ਵਿੱਚ ਛਾਪਿਆ ਅਤੇ 35 ਵਿੱਚ ਇਹਦੀ ਸੁਭਾਈ ਕੀਤੀ। ਉਹਦੇ ਵਿੱਚ ਵੀ ਇਸ ਅਹੁਦੇ ਦਾ ਜ਼ਿਕਰ ਨਹੀਂ ਹੈ। ਇਸ ਤਰ੍ਹਾਂ ਸਿੱਖੀ ਸਿਧਾਂਤਾਂ ਮੁਤਾਬਕ, ਗੁਰਬਾਣੀ ਮੁਤਾਬਕ ਜਾਂ ਗੁਰੂ ਇਤਿਹਾਸ ਮੁਤਾਬਕ ਜਥੇਦਾਰ ਜਿਹੜਾ ਹੈ, ਯਾਨੀ ਇੱਕ ਵਿਅਕਤੀ ਨੂੰ ਅਕਾਲ ਪੁਰਖ ਦੀ ਤਾਕਤ ਡੈਲੀਗੇਟ ਨਹੀਂ ਕੀਤੀ ਜਾ ਸਕਦੀ। ਇੱਕ ਵਿਅਕਤੀ ਅਕਾਲ ਪੁਰਖ ਦੇ ਨਾਂ ਤੇ ਹੁਕਮਨਾਮੇ ਨਹੀਂ ਜਾਰੀ ਕਰ ਸਕਦਾ, ਉੱਥੋਂ ਅਕਾਲ ਪੁਰਖ ਤੋਂ ਹੁਕਮਨਾਮੇ ਜਾਰੀ ਹੋ ਸਕਦੇ ਨੇ। ਮੈਂ ਛੋਟੀ ਤੁਹਾਨੂੰ ਔਰ ਦਿਲਚਸਪ ਘਟਨਾ ਦੱਸਣੀ ਚਾਹਾਂਗਾ ਕਿ ਜਦੋਂ 12 ਅਕਤੂਬਰ 1920 ਨੂੰ ਸੰਗਤਾਂ ਨੇ ਅਕਾਲ ਤਖ਼ਤ ਸਾਹਿਬ ਤੇ ਕਬਜ਼ਾ ਕਰ ਲਿਆ, ਪੁਜਾਰੀ ਭੱਜ ਗਏ ਨੇ, ਤਾਂ ਉਦੋਂ ਇਹ ਫੈਸਲਾ ਕੀਤਾ ਗਿਆ ਕਿ ਜਨਾਬਾਦ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਾਇਮ ਕੀਤੀ ਜਾਵੇ ਜਿਹੜੀ ਕਿ ਸਾਰੇ ਗੁਰਦੁਆਰਿਆਂ ਦੀ ਸੇਵਾ ਸੰਭਾਲ ਕਰੇ। ਤਾਂ ਇਹਦੇ ਵਾਸਤੇ 15 ਨਵੰਬਰ 1920 ਵਾਸਤੇ ਇੱਕ ਇਕੱਠ ਬੁਲਾਇਆ ਗਿਆ। ਉਸ ਇਕੱਠ ਨੂੰ ਬੁਲਾਇਆ ਅਕਾਲ ਤਖ਼ਤ ਸਾਹਿਬ ਤੋਂ ਇੱਕ ਹੁਕਮਨਾਮਾ ਜਾਰੀ ਕਰਕੇ। ਹੁਣ ਸਾਡੇ ਕੋਲ ਆ ਗਿਆ ਹਿਸਟਰੀ 'ਚ ਵੀ ਹੁਕਮਨਾਮਾ ਜਾਰੀ ਹੋਇਆ, ਪਰ ਉਹ ਹੁਕਮਨਾਮਾ ਜਾਰੀ ਕਿਹਨੇ ਕੀਤਾ? ਬੜੀ ਦਿਲਚਸਪ ਗੱਲ ਹੈ ਕਿ ਉਹਦੇ ਥੱਲੇ ਗੁਰਬਖਸ਼ ਸਿੰਘ ਨਾਂ ਦੇ ਇੱਕ ਬੰਦੇ ਦੇ ਦਸਤਖਤ ਸਨ, ਜਿਹੜਾ ਉਸ ਕਮੇਟੀ ਦਾ ਸਕੱਤਰ ਸੀ ਜਿਸ ਨੇ ਇਹ ਸਾਰਾ ਜਿਹੜਾ ਮੀਟਿੰਗ ਕਰਾਉਣ ਦਾ ਪ੍ਰਬੰਧ ਕੀਤਾ ਸੀ। ਪਰ ਹੁਕਮਨਾਮੇ 'ਚ ਲਿਖਿਆ ਸੀ ਅਕਾਲ ਤਖ਼ਤ ਸਾਹਿਬ ਦਾ ਹੁਕਮਨਾਮਾ, ਸੋ ਸਕੱਤਰ ਨੇ ਜਾਰੀ ਕੀਤਾ ਸੀ। ਸੋ ਇਸ ਕਰਕੇ ਸਿਧਾਂਤਕ ਤੌਰ 'ਤੇ ਅਤੇ ਹਿਸਟਰੀ ਦੇ ਤੌਰ 'ਤੇ ਤਾਂ ਇਹ ਅਹੁਦਾ ਨਹੀਂ ਹੈ, ਪਰ ਹੁਣ ਕਿਉਂਕਿ ਇਹ ਅਹੁਦਾ ਬਣ ਚੁੱਕਾ ਹੈ, ਤਾਂ ਇਸ ਵਾਸਤੇ ਸਰਬੱਤ ਖਾਲਸਾ ਨੇ ਫੈਸਲਾ ਕਰਨਾ ਹੈ। ਮੈਂ ਨਹੀਂ ਕਰ ਸਕਦਾ, ਤੁਸੀਂ ਨਹੀਂ ਕਰ ਸਕਦੇ, ਜਾਂ ਅਕਾਲੀ ਦਲ ਜਾਂ ਐਸ ਜੀ ਪੀ ਸੀ ਨਹੀਂ ਕਰ ਸਕਦੀ। ਇਹ ਫੈਸਲਾ ਸਰਬੱਤ ਖਾਲਸਾ ਕਰੇਗਾ ਕਿ ਕਿਸੇ ਕਿ ਅਸੀਂ ਇਸ ਅਹੁਦੇ ਨੂੰ ਰੱਖਣਾ ਹੈ ਜਾਂ ਕੋਈ ਇਮਤਿਹਾਨ ਰੱਖਣਾ ਹੈ ਜਾਂ ਇਸ ਨੂੰ ਰੱਖਣਾ ਹੈ। ਦੂਸਰਾ ਸਵਾਲ ਹੈ ਜੀ ਕਿ ਇਹ ਸਿਸਟਮ ਨੂੰ ਕਿੱਦਾਂ ਇੰਪਲੀਮੈਂਟ ਕੀਤਾ ਜਾ ਸਕਦਾ, ਜੇ ਜਿਸ ਆਰਥਿਕ ਤਰੀਕੇ ਨਾਲ ਕੰਮ ਨਹੀਂ ਕਰਦਾ ਉਸਨੂੰ ਕਿੱਦਾਂ ਬਦਲਿਆ ਜਾ ਸਕਦਾ? ਜੇਕਰ ਕੋਈ ਸ਼ਖਸ, ਕੋਈ ਆਗੂ, ਕੋਈ ਸੇਵਾਦਾਰ, ਮੁੱਖ ਸੇਵਾਦਾਰ, ਜਥੇਦਾਰ ਸਰਬੱਤ ਖਾਲਸਾ ਚੁਣੇਗਾ ਤੇ ਸਰਬੱਤ ਖਾਲਸਾ ਵੀ ਇਸ ਦਾ ਹੱਕ ਹੋਏਗਾ ਕਿ ਉਸਨੂੰ ਚਲਾਵੇ, ਨਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਜਾਂ ਕੋਈ ਹੋਰ ਲੀਡਰ ਕਿਸੇ ਨੂੰ ਆਖਰੀ ਹੋਵੇਗਾ। ਜਿਹੜੀ ਅਪੋਇੰਟਿੰਗ ਅਥਾਰਟੀ ਹੈ ਉਹੀ ਰਿਮੂਵਿੰਗ ਅਥਾਰਟੀ ਹੈ। ਜੇ ਸਰਬੱਤ ਖਾਲਸਾ ਕਾਇਮ ਕਰਦਾ ਤਾਂ ਉਹ ਹਟਾਏਗਾ, ਅਤੇ ਜੇ ਅਸੀਂ ਪ੍ਰੈਜੈਂਟ ਸਿਸਟਮ ਮੰਨ ਲਈਏ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਵਾਲਾ ਤਾਂ ਸ਼੍ਰੋਮਣੀ ਕਮੇਟੀ ਹਟਾਏਗੀ। ਸੋ ਇਹ ਆਪਾਂ ਦੇਖਣਾ ਹੈ ਕਿ ਸਰਬੱਤ ਖਾਲਸਾ ਨੂੰ ਇਹ ਹੱਕ ਦੇਣਾ ਚਾਹੀਦਾ ਹੈ ਕਿ ਇੱਕ ਪ੍ਰਧਾਨ ਨੂੰ ਹੱਕ ਦੇਣਾ ਚਾਹੀਦਾ। ਸਵਾਲ ਤੁਹਾਨੂੰ ਕੀਤਾ ਗਿਆ ਜੀ ਕਿ ਤੁਸੀਂ ਇਤਿਹਾਸ ਲਿਖਿਆ ਹੈ ਕਿ 1984 ਤੋਂ ਬਾਅਦ ਕਿੰਨੇ ਕੁ ਲੋਕ ਜਿਹੜੇ ਆ ਉਹ ਮਾਰੇ ਗਏ ਨੇ, ਇਹਦਾ ਕੋਈ ਵੇਰਵਾ ਤੁਸੀਂ ਦਿੱਤਾ ਹੈ? ਕਿਉਂਕਿ ਅਜੇ ਤੱਕ ਇਸ ਤਰ੍ਹਾਂ ਦੀ ਕੋਈ ਲਿਸਟ ਨਾ ਸਰਕਾਰ ਨੇ ਜਾਰੀ ਕੀਤੀ ਹੈ ਨਾ ਕਿਸੇ ਸਿੱਖ ਜਥੇਬੰਦੀ ਨੇ ਜਾਰੀ ਕੀਤੀ ਹੈ। ਮੈਂ 1992 ਵਿੱਚ ਇੱਕ ਕਿਤਾਬ ਛਾਪੀ ਸੀ, ਇੰਡੀਆ ਕਿਲਸ ਦਾ ਸਿੱਖਸ, ਔਰ ਉਹਦੇ ਵਿੱਚ ਤਕਰੀਬਨ 3500 ਮੈਂ ਤਸਵੀਰਾਂ ਉਹਨਾਂ ਸ਼ਹੀਦਾਂ ਦੀਆਂ ਛਾਪੀਆਂ ਸੀ ਜਿਹੜੇ ਕਿ 1970 ਤੋਂ ਲੈ ਕੇ 92 ਤੱਕ ਸ਼ਹੀਦ ਹੋ ਚੁੱਕੇ ਸਨ। ਸਾਰੀਆਂ ਨਹੀਂ ਸਨ, ਜਿੰਨੀਆਂ ਕੁ ਮੈਨੂੰ ਮਿਲੀਆਂ, ਕਿਉਂਕਿ ਮੈਂ ਨਾਰਵੇ 'ਚ ਬੈਠਾ ਸਾਂ ਅਤੇ ਨਾਰਵੇ 'ਚ ਮੈਨੂੰ ਬੈਠ ਕੇ ਜੋ ਕੁਛ ਸਮੱਗਰੀ ਮਿਲ ਸਕਦੀ ਸੀ ਛਾਪੀ। ਵੈਸੇ ਅਫਸੋਸ ਦੀ ਗੱਲ ਇਹ ਹੈ ਕਿ ਉਹ ਕਿਤਾਬ ਇੱਕ ਇੰਡੀਵਿਜੁਅਲ ਨੇ ਛਾਪੀ ਸੀ, ਕਿਸੇ ਜਥੇਬੰਦੀ ਨੇ ਨਹੀਂ, ਜਿਹੜੇ ਸ਼ਹੀਦਾਂ ਦੇ ਨਾਂ 'ਤੇ ਕੰਮ ਕਰਨਾ ਚਾਹੁੰਦੇ ਹੋਏ ਜਾਂ ਪੰਜ ਦੀਆਂ ਨੁਮਾਇੰਦਾ ਜਥੇਬੰਦੀਆਂ ਵਾਲੀਆਂ। ਖੈਰ ਇਹ ਗੱਲ ਸੀ 1992 ਤੱਕ ਦੀ। ਫਿਰ ਉਸ ਤੋਂ ਬਾਅਦ ਮੈਂ ਖਾਲਿਸਤਾਨ ਦੀ ਤਵਾਰੀਖ ਛਾਪੀ ਜਦੋਂ 1988 ਸੀ, ਅਤੇ ਉਹਦੇ ਵਿੱਚ ਵੀ ਬਹੁਤ ਸਾਰੀਆਂ ਲਿਸਟਾਂ ਛਾਪੀਆਂ ਸਨ ਜਿਹੜੀ ਹੁਣ ਅਖੀਰ ਤੱਕ ਮੈਂ ਫਿਗਰਸ ਦਿੱਤੀਆਂ ਨੇ। ਮੈਂ ਸਮਝਦਾ ਕਿ ਤਕਰੀਬਨ 2 ਲੱਖ
ਦੇ ਕਰੀਬ ਸਿੱਖ ਮਾਰੇ ਜਾ ਚੁੱਕੇ ਹਨ। ਇਹ ਇੱਕ ਅੰਦਾਜ਼ਾ ਹੈ। ਜਦ ਤੱਕ ਡਾਕਟਰ ਗੁਰਦਸ਼ਾ ਸਿੰਘ ਢਿੱਲੋਂ ਫੌਜੀਆਂ ਦੀ ਗੱਲ ਕਰਦੇ ਗਏ, ਜਿਹੜੇ 84 ਨਵੰਬਰ ਵਿੱਚ ਫੌਜੀ ਮਾਰੇ ਗਏ ਨੇ, ਉਹਨਾਂ ਦੀ ਗਿਣਤੀ ਮੇਰਾ ਅੰਦਾਜ਼ਾ ਵੀ ਘੱਟ ਤੋਂ ਘੱਟ 800 ਤੇ 1000 ਦੇ ਵਿਚਕਾਰ ਹੋਵੇਗੀ। ਦਰਬਾਰ ਸਾਹਿਬ ਵਿੱਚ ਸ਼ਹੀਦ ਹੋਣ ਵਾਲਿਆਂ ਦੀ ਗਿਣਤੀ ਹੈ ਉਹ ਘੱਟ ਤੋਂ ਘੱਟ 10000 ਹੋਵੇਗੀ। ਇਸ ਸੰਦਰਭ ਵਿੱਚ ਜਿਹੜੇ ਸ਼ਹੀਦ ਕੀਤੇ ਗਏ ਆ ਨਵੰਬਰ ਵਿੱਚ, ਖੂਨੀ ਨਵੰਬਰ ਵਿੱਚ, ਉਹ ਵੀ 10000 ਹੋਣਗੇ। ਪਰ ਇਹ ਫਿਕਰ ਕੋਈ ਆਪਾਂ ਦੇ ਨਹੀਂ ਸਕਦੇ, ਪਰ ਇੱਕ ਅੰਦਾਜ਼ਾ ਅਸੀਂ ਲਾ ਸਕਦੇ ਹਾਂ। ਜਦ ਤੱਕ ਸੱਚ ਸਮਝ ਨਹੀਂ ਆਉਂਦਾ ਉਹ ਅੰਦਾਜ਼ੇ ਹੀ ਕਬੂਲ ਕਰਨੇ ਪੈਣਗੇ। ਸੋ ਇਹ ਤਕਰੀਬਨ 2 ਲੱਖ ਦੇ ਕਰੀਬ ਦੀ ਗਿਣਤੀ ਬਣ ਗਈ। ਜਿਹੜਾ ਪ੍ਰਪੋਜ਼ ਕੀਤਾ ਕਿ ਸਿੱਖ ਪਾਰਲੀਮੈਂਟ ਜਿਹੜੀ ਆ ਉਹ ਕਿਵੇਂ ਜਾਵੇ, ਕਿ ਜਿਹੜੇ ਸੰਸਾਰ ਦੇ ਸਿੱਖ ਜਿਹੜੇ ਪਾਰਲੀਮੈਂਟ ਦੇ ਬਣਾ ਕੇ ਕਿਸ ਤਰ੍ਹਾਂ ਚੁਣੇ ਜਾਣਗੇ, ਅਤੇ ਇਹਦੇ ਵਿੱਚ ਉਹਨਾਂ ਨੂੰ ਸਵਾਲ ਕੀਤਾ ਕਿ ਕੀ ਗਰੰਟੀ ਹੈ ਕਿ ਸਰਕਾਰ ਉਹਦੇ 'ਚ ਆਪਣੇ ਮੰਡੇ ਨਹੀਂ ਸੈੱਟ ਕਰਨੀ ਆ, ਇਹਦਾ ਸਲੂਸ਼ਨ ਕੀ ਹੈ? ਬਹੁਤ ਸੋਹਣਾ ਸਵਾਲ ਹੈ। ਗੱਲ ਤਾਂ ਉੱਥੇ ਆ ਰਹੀ ਕਿ ਬਿੱਲੀ ਦੇ ਗੱਲ ਕਦੀ ਕੌਣ ਬਣੇ। ਔਖਾ ਹੈ। ਇੱਕ ਤਾਂ ਸਾਨੂੰ ਮਨ ਲੈਣੇ ਚਾਹੀਦੇ ਕਿ ਸਿੱਖਾਂ ਨੂੰ ਸਰਬੱਤ ਖਾਲਸਾ ਦੀ ਪਰੰਪਰਾ ਦੁਬਾਰਾ ਰਿਵਾਈਵ ਕਰਨ ਦੀ ਜ਼ਰੂਰਤ ਹੈ, ਪਰ ਉਹ ਕਿਵੇਂ ਕੀਤੀ ਜਾਵੇ? ਨਾ ਮੈਂ ਨਹੀਂ ਕਹਿੰਦਾ ਵੀ ਸਿੱਖ ਵਰਡ ਸਿੱਖ ਪਾਰਲੀਮੈਂਟ ਰੱਖ ਲਓ, ਕੋਈ ਵੀ ਨਾਂ ਰੱਖ ਲਓ, ਅਤੇ ਨਾਂ ਵੀ ਤਾਂ ਤੁਸੀਂ ਸਾਰਿਆਂ ਨੇ ਆਪਸ 'ਚ ਬੈਠ ਕੇ ਵਿਚਾਰ ਕਰਕੇ ਰੱਖਣਾ। ਜਦੋਂ ਜਥੇਬੰਦੀ ਜਾਂ ਸੰਸਥਾ ਜਾਂ ਇੰਸਟੀਟਿਊਸ਼ਨ ਬਣਾਉਣੀ ਤਾਂ ਸਾਰਿਆਂ ਨੇ ਬਣਾਉਣੀ ਹੈ, ਔਰ ਉਹਦੇ 'ਚ ਇਹ ਵੀ ਨਹੀਂ ਕਿਸੇ ਨੂੰ ਸਨੱਬ ਕੀਤਾ ਜਾਂਦਾ ਵੀ ਤੇਰੀ ਗੱਲ ਨਹੀਂ ਮੰਨਣੀ। ਜੇਕਰ ਕੋਈ ਨਾਂ ਚੰਗਾ ਲੱਗਦਾ ਉਹ ਅਖਤਿਆਰ ਕੀਤਾ ਜਾਂਦਾ। ਇੱਕ ਦੂਜਾ ਉਹਦੀ ਚੋਣ ਦਾ ਤਰੀਕਾ ਕੀ ਹੋਵੇ, ਮੈਂ ਉਹਦੇ 'ਚ ਚਲੋ 3 ਚੀਜ਼ਾਂ ਦੱਸੀਆਂ ਸਰ, ਅਤੇ ਇੱਕ ਮੇਰੀ ਸੁਜੈਸ਼ਨ ਹੈ, ਮੇਰੀ ਨਿੱਜੀ ਸੁਜੈਸ਼ਨ ਹੈ ਕਿ ਜਿਸ ਤਰ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੁਣੀ ਜਾਂਦੀ ਹੈ, ਬੜਾ ਵਧੀਆ ਤਰੀਕਾ ਹੈ। ਭਾਵੇਂ ਉਹਦੇ 'ਚ ਬੜੀਆਂ ਵੱਡੀਆਂ ਖਾਮੀਆਂ ਨੇ, ਉਹ ਨੱਚੋ ਇੱਕ ਦੀ ਖਾਮੀ ਹੋਰ ਦੂਰ ਕਰ ਦਿੱਤੀ ਗਈ ਹੈ, ਬਈ ਜਿਹੜਾ ਉਸਾਹੀ ਧਾਰੀਵਾਦੀ ਜਿਹੜੀ ਕਲੋਸ ਸੀ ਖਤਮ ਕਰ ਦਿੱਤੀ ਹੈ, ਜਿਹਦੇ ਨਾਲ ਬੜਾ ਫਰਕ ਪੈ ਗਿਆ। ਤੋ ਇੱਕ ਤਾਂ ਤੁਸੀਂ ਕਿਹਾ ਕਿ ਜਿੱਦਾਂ ਸ਼੍ਰੋਮਣੀ ਕਮੇਟੀ ਹੈ, ਦਿੱਲੀ ਕਮੇਟੀ ਹੈ, ਜੰਮੂ ਕਸ਼ਮੀਰ ਕਮੇਟੀ ਹੈ, ਯੂਪੀ ਪ੍ਰਤੀ ਪ੍ਰਤੀਨਿਧ ਬੋਰਡ ਹੈ, ਜਾਂ ਬਾਕੀ ਜਿੱਥੇ ਕੋਈ ਗੁਰਦੁਆਰਾ ਕਮੇਟੀਆਂ ਨਹੀਂ ਹਨ, ਉਹਦਾ ਤਰੀਕਾ ਵੱਖਰਾ। ਜਿੱਥੇ ਆਲਰੇਡੀ ਹੈ ਉਹਦੇ ਵਿੱਚੋਂ ਰੈਪ੍ਰਜੈਂਟੇਸ਼ਨ ਸਿੱਖਾਂ ਦੀ ਗਿਣਤੀ ਦੇ ਹਿਸਾਬ ਨਾਲ ਦਿੱਤੀ ਜਾ ਸਕਦੀ ਹੈ। ਤੁਹਾਡੇ 'ਚੋਂ ਕੁਛ ਲੋਕਾਂ ਨੂੰ ਪਤਾ ਹੋਵੇਗਾ ਕਿ ਅੱਜ ਤੋਂ ਕੁਛ ਸਾਲ ਪਹਿਲਾਂ ਆਲ ਇੰਡੀਆ ਸਿੱਖ ਗੁਰਦੁਆਰਾ ਐਕਟ ਦੀ ਗੱਲ ਚੱਲੀ ਸੀ, ਔਰ ਉਹਦੇ ਵਿੱਚ 60% ਸੀਟਾਂ ਪੰਜਾਬ ਦੀਆਂ ਅਤੇ 40 ਬਾਹਰ ਦੀਆਂ ਸਨ। ਤੋ ਇਸ ਤਰ੍ਹਾਂ ਇੱਕ ਨਿਵਾਦਾ ਹਾਊਸ ਬਣ ਸਕਦਾ ਸੀ, ਪਰ ਉਹ ਨਹੀਂ ਬਣਾਇਆ ਗਿਆ, ਐਕਟ ਨਹੀਂ ਬਣਿਆ। ਇਹਦੇ 'ਚ ਵੈਸਟਰਨ ਇੰਟਰਸਟ ਨੇ, ਇੱਕ ਵਿਦੇਸ਼ਾਂ ਦੀ ਗੱਲ ਹੈ, ਵਿਦੇਸ਼ਾਂ ਵਿੱਚ ਉਹਨਾਂ ਵਿਦੇਸ਼ਾਂ ਦੇ ਸਿੱਖਾਂ ਨੂੰ ਉਹਦੇ ਵਿੱਚ ਕੋਈ ਨੁਮਾਇੰਦਗੀ ਨਹੀਂ। 20 ਲੱਖ ਤੋਂ ਉੱਪਰ ਸਿੱਖ ਅਮਰੀਕਾ, ਕੈਨੇਡਾ, ਇੰਗਲੈਂਡ ਅਤੇ ਇਟਲੀ 'ਚ ਨਹੀਂ ਹੈ। ਤੁਹਾਨੂੰ ਸ਼ਾਇਦ ਪਤਾ ਵੀ ਇਟਲੀ 'ਚ ਅਸੀਂ 2 ਲੱਖ ਦੇ ਗਰੀਬ ਸਿੱਖ ਹੈ। ਸੋ ਇਹਨਾਂ ਚਾਰਾਂ ਦੇਸ਼ਾਂ ਤੋਂ ਇਲਾਵਾ ਬਹੁਤ ਕੋਈ ਜਗ੍ਹਾ 'ਤੇ ਵੀ ਸਿੱਖਾਂ ਦੀ ਗਿਣਤੀ ਬਹੁਤ ਜ਼ਿਆਦਾ, ਕਈ ਥਾਂ 'ਤੇ 50% ਆ ਗਈ ਹੈ। ਜੇ ਇਹਨਾਂ ਦੇ ਨੁਮਾਇੰਦੇ ਨਹੀਂ ਆਉਂਦੇ ਤਾਂ ਮੈਂ ਨਹੀਂ ਸਮਝਦਾ ਕਿ ਉਸ ਨੂੰ ਅਸੀਂ ਵਰਲਡ ਸਿੱਖ ਪਾਰਲੀਮੈਂਟ ਕਰਾਂਗੇ। ਸਰਬੱਤ ਖਾਲਸਾ ਉਦੋਂ ਤੱਕ ਨਹੀਂ ਬਣ ਸਕਦਾ। ਹਾਲਾਂਕਿ ਇੱਕ ਗੱਲ ਬੜੀ ਦਿਲਚਸਪ ਹੈ, ਬੇਸ਼ੱਕ 78 ਤੋਂ 84 ਜਾਂ 78 ਤੋਂ 92 ਤੱਕ ਪੰਜਾਬ ਦੇ ਸਿੱਖਾਂ ਨੇ ਜ਼ਿਆਦਾ ਸ਼ਹੀਦੀਆਂ ਦਿੱਤੀਆਂ ਨੇ, ਪਰ ਵਿਦੇਸ਼ਾਂ ਵਿੱਚੋਂ ਵੀ ਬਹੁਤ ਵੱਡਾ ਰੋਲ ਅਦਾ ਕੀਤਾ ਗਿਆ। ਇਸ ਗੱਲ ਨੂੰ ਕੋਈ ਵੀ ਕਬੂਲ ਕਰਨ ਤੋਂ ਨਾਂ ਨਹੀਂ ਕਰ ਸਕਦਾ। ਵਿਦੇਸ਼ੀ ਸਿੱਖਾਂ ਦਾ ਰੋਲ 84 ਤੋਂ ਬਾਅਦ ਸ਼ਾਇਦ ਪੰਜਾਬ ਦੇ ਸਿੱਖਾਂ ਦੇ ਜੇ ਬਰਾਬਰ ਨਹੀਂ ਤਾਂ ਘੱਟ ਵੀ ਨਹੀਂ ਹੈ। ਸੋ ਇਹਨਾਂ ਦੀ ਨੁਮਾਇੰਦਗੀ ਵੀ ਹੋਣੀ ਜ਼ਰੂਰੀ ਹੈ। ਤੋ ਇਹ ਤਰੀਕਾ ਇਵਾਲਵ ਕੀਤਾ ਜਾ ਸਕਦਾ ਵੀ ਕੀ ਅਸੀਂ ਗੁਰਦੁਆਰਿਆਂ ਦੇ ਨੁਮਾਇੰਦਿਆਂ ਵਿੱਚੋਂ ਚੁਣਨਾ ਹੈ, ਇਹਨੂੰ ਆਪਾਂ ਕਹਾਂਗੇ ਸੈਕਿੰਡ ਰੈਪ੍ਰਜੈਂਟੇਸ਼ਨ। ਸਿੱਧੀ ਰੈਪ੍ਰਜੈਂਟੇਸ਼ਨ ਤਾਂ ਜੇਕਰ ਸਾਰੇ ਲੋਕ ਵੋਟ ਪਾਉਣ, ਜੇਕਰ ਨੁਮਾਇੰਦੇ ਵੋਟਾਂ ਪਾਉਣ ਤਾਂ ਉਹ ਸੈਕਿੰਡ ਰੈਪ੍ਰਜੈਂਟੇਸ਼ਨ ਹੋਏਗੀ, ਇਨਡਾਇਰੈਕਟ ਰੈਪ੍ਰਜੈਂਟੇਸ਼ਨ ਹੋਏਗੀ। ਤੋ ਇਸ ਤੋਂ ਇਲਾਵਾ ਇੱਕ ਸੈਕਸ਼ਨ ਐਸਾ ਰਹਿ ਜਾਵੇਗਾ ਜਿਹਨੇ ਕਦੇ ਇਲੈਕਸ਼ਨ ਨਹੀਂ ਲੜੀ, ਉਹ ਹੈ ਬੁੱਧੀਜੀਵੀ। ਸੋ ਸਾਨੂੰ ਕੁਛ ਕੈਟੇਗਰੀ ਐਸੀ ਰੱਖਣੀ ਪਵੇਗੀ 10% ਸੀਟਾਂ, ਕਿ ਜਿਹਦੇ 'ਚ ਆਪਾਂ ਬੁੱਧੀਜੀਵੀਆਂ ਵਿੱਚੋਂ ਵੀ ਨਾਮਜ਼ਦ ਕਰ ਸਕੀਏ। ਜਿਹੜੇ ਚੁਣੇ ਜਾਣਗੇ ਉਹ ਨਾਮਜ਼ਦ ਕਰ ਦੇਣਗੇ, ਇਹਨਾਂ ਦੇ ਤੱਕ ਉਹਨਾਂ ਨੂੰ ਹੋਣਾ ਚਾਹੀਦਾ। ਇਸ ਤਰ੍ਹਾਂ ਬੀਬੀਆਂ ਵਾਸਤੇ ਵੀ ਮੈਂ ਉਹ ਰੈਜ਼ਰਵੇਸ਼ਨ ਦਾ ਸਿਸਟਮ ਸੀਗਾ, ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਪਹਿਲਾਂ ਸਿਰਫ ਅਖੌਤੀ ਪੱਛਮੀਆਂ ਲੜਕੀਆਂ ਵਾਸਤੇ ਸੀ, ਫਿਰ ਬੀਬੀਆਂ ਵਾਸਤੇ ਕੀਤਾ ਗਿਆ। ਸੋ ਉਹ ਸਿਸਟਮ ਜਿਹੜਾ ਹੈ, ਸਾਨੂੰ ਕੋਸ਼ਿਸ਼ ਤਾਂ ਕਰੀਏ ਕਿ ਨਾ ਹੀ ਰੈਜ਼ਰਵੇਸ਼ਨ ਰੱਖਣੀ ਪਵੇ, ਅਤੇ ਆਪੇ ਹੀ ਆਪ ਸੋਚ ਵਿਚਾਰ ਕੇ ਅਸੀਂ ਉਹਨਾਂ ਨੂੰ ਨੁਮਾਇੰਦਗੀ ਦੇਈਏ। ਗੱਲ ਚੱਲ ਰਹੀ ਹਿੰਦੁਸਤਾਨ 'ਚ ਵੀ 33% ਸੀਟਾਂ ਔਰਤਾਂ ਵਾਸਤੇ ਰਿਜ਼ਰਵ ਕੀਤੀਆਂ ਜਾਣ ਪਾਰਲੀਮੈਂਟ ਵਾਸਤੇ, ਪਰ ਦੇਖੋ ਹੋਏਗਾ ਕਿ ਮੰਨ ਲਓ ਕਰ ਦਿੰਦੇ ਆ, ਕਰਨ ਤੋਂ ਬਾਅਦ ਕਿਸੇ ਐਮ ਪੀ ਦੀ ਧੀ, ਪਤਨੀ, ਭੈਣ, ਇਸ ਤਰ੍ਹਾਂ ਉਹ ਨੁਮਾਇੰਦੇ ਆ ਜਾਣਗੇ। ਲੋਕਾਂ ਵਿੱਚ ਜਦ ਤੱਕ ਰਿਅਲਾਈਜੇਸ਼ਨ ਨਹੀਂ ਹੁੰਦੀ ਕਿ ਅਸੀਂ ਔਰਤਾਂ ਨੂੰ ਬਰਾਬਰ